ਦੇਖੋ ਕਿਵੇਂ ਬੈਠੇ, ਸਸਤਾ ਰਹੇ ਨੇ ਬੈਠੇ, ਨੀਂਦ ਆ ਰਹੀ ਹੈਗੀ, ਸੌਂ ਰਹੇ ਹੈਗਾ, ਕਾਹ ਦੇਖ ਲਓ, ਕਾਹ ਬੈਠਾ ਸੌਂ ਰਹੇ ਹੈਗਾ। ਹਾਂਜੀ ਗਾਇਸ, ਗੁੱਡ ਮੋਰਨਿੰਗ, ਕਿਵੇਂ ਤੁਸੀਂ ਸਾਰੇ? ਆਈ ਹੋਪ ਕਿ ਤੁਸੀਂ ਠੀਕ ਹੋਵੋਗੇ। ਗਾਇਸ, ਰੌਕਸੀ ਦੇ ਦੋਨੋਂ ਕਪੂਰੇ ਸੌ ਰਹੇ ਨੇ ਹੁਣ ਇਸ ਟਾਈਮ। ਆਹ ਭੂਤ ਨਹੀਂ ਸਾਡੀ, ਇਹਨਾਂ ਨਾਲ ਖੇਡ ਰਹੀ ਸੀ ਪਹਿਲਾਂ। ਰੌਕਸੀ ਨੂੰ ਪਾਉ ਪਾਉ ਕਰਾ ਦੀ ਸੀ ਉਹਨਾਂ ਨੂੰ, ਖੇਡ ਰਹੇ ਨੇਗੇ ਅਤੇ ਰੌਕਸੀ ਆ ਗਈ ਇਹਦੇ ਪਿੱਛੇ। ਇਹ ਖੇਡ ਰਹੀ ਹੈਗੀ ਇਹਨਾਂ ਨਾਲ ਕਪੂਰੇ ਨਾਲ, ਇਹਨਾਂ ਨੂੰ ਕਹਿ ਰਹੀ ਆ ਵੀ ਉੱਠ, ਉਹਨਾਂ ਨੂੰ ਨੀਂਦ ਚੜੀ ਪਈ ਹੈਗੀ। ਜਾਂ ਰੌਕਸੀ ਖੇਡ ਲਾ ਭਾਜਾ, ਕਪੂਰੇ ਨੂੰ ਬੁਲਾ, ਪਾਲ ਉਹਨਾਂ ਨੂੰ, ਸੁੱਤੇ ਪਏ ਨੇ ਉਹਨਾਂ ਨੇ, ਉੱਠ ਖੜੋ, ਨੀਂਦ ਚੜ ਕੇ ਘੰਟਾ ਵੱਡਾ ਹੱਲ ਆ ਗਿਆ, ਉੱਠੋ ਪਹਿਲਾਂ ਪਾਲਿਆਂ ਨੂੰ। ਵੀਡੀਓ ਬਣ ਜਾਏਗੀ ਤਾਂ ਕਰਕੇ ਨਹੀਂ ਫੜ, ਪਹਿਲਾਂ ਨਹੀਂ ਇਹਨਾਂ ਨਾਲ ਇੰਨਾ ਖੇਡ ਰਹੀ ਸੀ ਬੈਠੀ। ਮੂਡ ਬਦਲ ਗਿਆ ਇਹਦਾ ਹੁਣ, ਚੇਂਜ ਹੋ ਗਿਆ। ਗੱਡੀ ਦੇ ਉੱਪਰ ਦੀ ਗੇੜਾ ਦੇ ਕੇ ਆ ਗਈ, ਇਹ ਪਤਾ ਨਹੀਂ ਇਹਦੀ ਕੀ ਨਵੀਂ ਸਕੀਮ ਆ, ਗੱਡੀ ਦੇ ਉੱਪਰ ਜਾਂਦੀ ਹੈ ਗੇੜਾ ਦੇ ਕੇ ਆ ਜਾਂਦੀ ਹੈਗੀ, ਉੱਧਰ ਹੀ ਆਊਗੀ। ਨਾ ਕਹਿੰਦਾ ਨਾ ਪੰਗਾ ਲੈ, ਖਾਲ ਲੈ ਇਹਨਾਂ ਨੂੰ, ਲੰਘੇ ਲਓ ਜੀ। ਕੀ ਹੋਇਆ ਤੈਨੂੰ, ਕੀ ਹੋਇਆ ਗਿਆ, ਫੜਦੀ ਕਾਹਤੋਂ ਨਹੀਂ ਉਹਨਾਂ ਨੂੰ, ਖਾਲ ਉਹਨਾਂ ਨੂੰ ਆਇਆ। ਚਲੋ ਹੁਣ ਇਹਦਾ ਮੂਡ ਚੇਂਜ ਹੋ ਗਿਆ ਇੱਕਦਮ, ਇਹ ਹੁਣ ਆਪਣੇ ਇਹ ਹੋਰ ਮੂਡ ਚੱਕ ਸਕਦੇ। ਮੈਂ ਵੀ ਲੱਗ ਗਿਆ, ਚਲੋ ਬੈਠ ਨੀਚੇ, ਨੀਚੇ ਬੈਠ, ਬੈਠ ਇੱਧਰ ਆ, ਇੱਧਰ ਆ, ਕਰਤੱਬ ਦਿਖਾਈ ਇੱਧਰ, ਇੱਥੇ ਬੈਠ, ਨੀਚੇ ਬਹਿ ਜਾ, ਹੈਲੋ ਕਰ, ਹੈਲੋ ਕਰ, ਹੈਲੋ ਦੁਬਾਰਾ ਕਰ, ਹੈਲੋ, ਮੈਨੂੰ ਕਾਨ ਨੂੰ ਅੰਡੇ ਪਾ, ਅੰਡਿਆਂ ਪਿੱਛੇ ਮਸ ਕੇ, ਅੰਡਿਆਂ ਪਿੱਛੇ ਮਸ ਕੇ, ਅੰਡਿਆਂ ਪਿੱਛੇ ਮਸ ਕੇ ਲੱਗੇ ਨੇ ਇਹ, ਇਹ ਅੰਡਿਆਂ ਪਿੱਛੇ ਮਸ ਕੇ। ਦੇਖੋ ਗਾਇਸ, ਇਹ ਅੰਡਿਆਂ ਪਿੱਛੇ ਮਸ ਕੇ ਰਾਜੇ, ਮੇਰੇ ਨਾਲ ਹੋਰ ਕੋਈ ਗੱਲ ਨਹੀਂ ਹੈਗੀ, ਤੂੰ ਐਂ ਵੀ ਮੈਨੂੰ ਅੰਡੇ ਮਿਲ ਜਾਣ ਖਾਣ ਨੂੰ, ਬਸ ਹੋਰ ਕੁਛ ਨਹੀਂ। ਅਰੇ ਦੇਖੋ ਗਾਇਸ, ਰੌਕਸੀ ਦੀ, ਰੌਕਸੀ ਦਾ ਡਾਂਸ ਦੇਖੋ, ਹੈ ਐਂ ਨੱਚੀ ਜਾ, ਫਲੋ ਡਾਂਸ, ਫਲੋ ਡਾਂਸ, ਰੌਕਸੀ ਦਾ ਫਲੋ ਡਾਂਸ, ਨੱਚੀ। ਚਲੋ ਜੀ ਕਹਿੰਦੇ ਹੋ ਗਿਆ, ਕਹਿੰਦੇ ਆਪਣਾ ਪੂਰੀ ਪਰਫੋਰਮੈਂਸ ਪੂਰੀ ਹੋ ਗਈ। ਹੁਣ ਅੰਡਾ ਪਾ ਦੇ, ਪਾ ਦੇ ਅੰਡਾ, ਪਾ ਦੇ ਪਾਣੀ ਪੀ ਦੇ, ਦਿਖਾਈ ਕਿਹੜੀ ਹੈ ਉਹ ਦੋਵਾਂ ਡਾਂਸਰ, ਰੌਕਸੀ ਡਾਂਸਰ, ਰੌਕ ਰੌਕਸੀ ਡਾਂਸਰ, ਉਹ ਬੈਠੇ ਨੇ ਤੇ ਚੋਚੂ ਕਿੱਥੇ ਪੈਂਦੇ ਆਹ ਪਤਾ ਲਓ ਬੜੀ ਹੈਗੀ, ਇਹਨਾਂ ਦੀ ਕੇਅਰ ਟੇਕਰ, ਇਹਨਾਂ ਦੀ ਕੇਅਰ ਕਰਨੀ ਹੁੰਦੀ ਹੈਗੀ। ਹੁਣ ਤਾਂ ਹੁਣ ਆ ਕੇ ਇਹਨੇ ਬਸ ਕੁਛ ਨਹੀਂ ਕਰਨਾ, ਪੈਰ ਚੱਟੀ ਆਊ ਮੇਰੇ, ਬੈਠੀ ਹੋਊਗੀ, ਕਹੂ ਵੀ ਮੈਨੂੰ ਕੁਛ ਖਾਣ ਨੂੰ ਪਾ ਦਿਓ, ਮੈਨੂੰ ਖੜਿਆ ਲਓ, ਮੈਨੂੰ ਇਹ ਕਰ ਲਓ, ਲੋ ਕਰ ਲਓ। ਹਵਾ 'ਚ ਬੈਠੀ ਹੈਗੀ ਟਾਵਰ ਨਾਲ, ਹੁਣ ਇੱਥੇ ਵਧੀਆ ਪੱਖਾ ਦੇਖੋ ਉੱਪਰ ਚੱਲ ਰਿਹਾ ਹੈਗਾ, ਇੱਥੇ ਨਾ ਕੁੜੀ ਹੈਗੀ ਹੈ, ਮੈਂ ਪੇੜ ਆਉਂਦਾ, ਇਹ ਹਵਾ ਤਾਂ ਕਿਉਂ ਰੋਕੀ ਹੈ ਬਈ,
ਰੌਕਸੀ ਦੀ ਹਵਾ ਸੀ ਉਹ ਦੋਵੇਂ ਜਣੇ ਦੇਖੀ ਇੱਕੋ ਲਾਈਨ 'ਚ ਪਏ ਨੇ। ਚਲੋ ਠੀਕ ਹੈ ਗਾਈਸ, ਹੁਣ ਆਪਾਂ ਵੀ ਆਪਣਾ ਰੈਸਟ ਕਰਦੇ ਹਾਂ ਥੋੜ੍ਹਾ ਟਾਈਮ, ਦੁਪਹਿਰਾ ਦਾ ਦੁਪਹਿਰਾ ਢਾਲਦੇ ਹਾਂ, ਦੁਪਹਿਰਾ ਢਾਲਣ ਤੋਂ ਬਾਅਦ ਦੇ ਵਿੱਚ ਫਿਰ ਤੁਹਾਨੂੰ ਮਿਲਾਂਗੇ ਆਪਾਂ। ਅਜੇ ਮਿਸ ਜਿਹੜੇ ਨੇ ਉਹ ਸੁੱਤੇ ਪਏ ਨੇਗੇ, ਫਤਿਹ ਹੈਗਾ ਉਹ ਟਿਊਸ਼ਨ ਗਿਆ ਹੋਇਆ ਹੈਗਾ, ਔਰ ਗਲੀਨ ਹੈਗੀ ਆ ਬਿੱਲੀ ਖੜੀ ਹੈਗੀ ਇੱਥੇ। ਤੂੰ ਪੜ੍ਹਦੀ ਮੁੜਦੀ ਕਦ ਨੂੰ ਪੜ੍ਹੀ? ਆਹੋ ਬ੍ਰੇਕ ਲਈ ਹੋਈ ਇਹਦੀ, ਬਾਹਲੀ ਬਾਹਲਾ ਲੰਮਾ ਪੜ੍ਹ ਗਈ ਨਾ ਸਵੇਰ ਦੀ, ਇਹ 5 ਮਿੰਟ ਪੜ੍ਹ ਲਈ ਇਸ ਕਰਕੇ ਹੁਣ ਇਹਨੂੰ ਬ੍ਰੇਕ ਚਾਹੀਦੀ ਸੀਗੀ। ਚਲੋ ਹੁਣ ਜਦੋਂ ਫਤਿਹ ਆਊਗਾ ਫਿਰ ਉਸ ਤੋਂ ਬਾਅਦ ਦੇ ਵਿੱਚ ਉਹਨੂੰ ਵੀ ਮਿਲਿਆਉਣੇ ਤੁਹਾਡੇ ਨਾਲ। ਕਿਵੇਂ ਬੈਠੇ ਖਾ ਰਹੇ ਨੇਗੇ, ਕੀ ਖਵਾ ਕੇ ਰਹੋ ਜੀ ਇਹਨਾਂ ਨੂੰ? ਦਲੀਆ ਦੋ ਕਿਵੇਂ ਤੇਰੇ ਕਮੀਜ਼ ਖਾਣ ਲੱਗੇ ਪਏਗਾ, ਗੰਦੀਆਂ ਵੱਟ ਰਹੀ ਗੰਦੋ ਕਾਲਾ ਕੁਛ ਰੈਡੀ ਅਸੀਂ ਹੋਏ ਜਾਣ ਵਾਸਤੇ ਕਿਤੇ, ਮੈਡੀਸਨ ਲੈ ਕੇ ਆਉਣੀ, ਦਵਾਈ ਦਵਾ ਕੇ ਲਿਆਉਣੀ ਹੈਗੀ ਮਿਸਿਜ ਨੂੰ, ਉਹਨਾਂ ਦੇ ਲੈ ਕੇ ਚੱਲਿਆ ਉਹਨਾਂ ਨੂੰ ਪਟਿਆਲੇ। ਅੱਜ ਮਾਰੇ ਫਿਰਦੇ ਨੇ, ਹਜੇ ਤਾਂ ਆਪਣਾ ਤਾਂ ਉਹ ਤਿਆਰ ਹੋਣਾ, ਉਹਨਾਂ ਨੇ ਪਤੇ ਕਿਆ ਗਿਆ ਸੈਂਡਲ ਲੱਭਣ ਵਾਸਤੇ ਗੱਲੀ ਨਾ, ਆਪਣਾ ਰੈਡੀ ਹੋ ਰਹੀ ਆ ਗਏ ਕਿੱਥੇ ਮੈਂ ਤਿਆਰ ਵੀ ਹੋ ਗਿਆ ਰੈਡੀ ਹੋ ਗਿਆ ਪਤੇ ਕਿਆ ਕਿਹਾ ਸੈਂਡਲ ਲੱਭਣ ਵਾਸਤੇ ਉਹਨੇ ਜਾਂਦਾ ਤਿਆਰ ਹੋ ਰਿਹਾ ਤੁਸੀਂ ਛੇ ਛੇ ਦੀ ਹੋ ਗਿਆ ਦਵਾਈ ਤਾਂ ਤੈਨੂੰ ਦਵਾ ਕੇ ਲਿਆਉਂਦੇ ਅਸੀਂ ਕੀ ਕਰਨ ਜਾਣਾ ਉੱਥੇ ਤਿਆਰੀਆਂ ਪਿਆਰੀਆਂ ਆਪਣੀਆਂ ਹੋ ਚੁੱਕੀਆਂ ਨੇਗੀਆਂ, ਜਦੋਂ ਤੱਕ ਇਹ ਤਿਆਰ ਹੋਣਗੇ, ਤਿਆਰ ਹੋ ਕੇ ਜਿੰਨਾ ਟਾਈਮ ਇਹ ਗੱਡੀ 'ਚ ਬਹਿੰਦੇ ਨੀ ਉਨਾ ਟਾਈਮ ਬਸ ਇਹਨਾਂ ਨਾਲ ਐਂ ਚੱਲੀ ਜਾਊਗਾ। ਹੋ ਜਾਓ ਤਿਆਰ, ਹੋ ਜਾਓ ਤਿਆਰ, ਚਲੋ ਚੱਲੀਏ, ਚਲੋ ਚੱਲੀਏ, 3 ਵਜੇ ਫਿਰ ਤੂੰ ਵੀ ਹੋਏਗੀ ਇਹਦੇ। ਡੱਬੇ ਡੁੱਬੇ ਚ ਕਿਸੇ ਚ ਪਹਿਲਾਂ ਪਤਾ ਤੇਰੇ ਵੀ ਕਰ ਰਹੀ ਸੀ ਮੋਮ ਬਾਲ ਜੇ ਤੇਰੇ ਪਾਸੇ ਨੇ ਮੱਖੀਆਂ ਪਿੱਛੇ ਪਿਆ ਪਿਆ। ਆ ਜਾਓ ਬੱਚੋ,
ਚਲੋ ਜੀ ਮੈਂ ਤਾਂ ਉਦਾਂ ਗੱਡੀ ਬਾਹਰ ਕੱਢਾਂ ਇਹ ਅਜੇ ਹੌਲੀ ਹੌਲੀ ਹਜੇ ਵੀ ਹੌਲੀ ਹੌਲੀ ਹੋਣਗੇ ਫੜੇ ਵੀ ਨਹੀਂ ਆ ਲਓ ਜੀ ਗੈਸ ਆਹ ਤਾਂ ਆ ਗਈ ਇੱਕ ਘੋੜੀ ਇੱਕ ਘੋੜੀ ਰਹਿ ਗਈ ਸਾਡੀ ਵੱਡੀ ਆਉਂਦੀ ਹੈਗੀ ਉਹ ਵੀ ਬਸ ਜਿੰਦੇ ਜਿੰਦੇ ਲਾ ਕੇ ਕੱਢਦੇ 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 ਜਿਹੜਾ ਵੀ ਆ ਗਿਆ ਕੁਛ ਹੋਰ ਵਾਧੂ ਸਵਾਰੀ ਆਪਾਂ ਕੋਈ ਨਹੀਂ ਲੈ ਕੇ ਆਉਣੀ ਆ ਜਾਓ ਜੀ ਆ ਜਾਓ ਬੇ ਸਵਾਰੀ ਨਾਲ ਤਿਆਰ ਹੋ ਜਾਓ ਚਲੋ ਚਲੀਏ ਹੋ ਗਿਆ ਸਾਨੂੰ ਆਉਂਦਿਆਂ ਨੂੰ ਰਾਤ ਦੇ 9 ਵੱਜ ਗਏ ਹੁਣ ਇਹ ਦਵਾਈ ਲੈ ਕੇ ਮੁੜੇ ਸੀਗੇ ਦੇਖ ਲਓ ਇੰਨੇ ਹਨੇਰੇ 'ਚ ਬਸ ਹੁਣ ਗਾਇਸ ਆਪਾਂ ਚੱਲ ਰਹੇ ਹੈਗੇ ਘਰੇ ਘਰੇ ਜਾ ਰਹੇ ਹਾਂ ਖਾਣ ਪੀਣ ਅਸੀਂ ਬਾਹਰ ਹੀ ਕਰ ਲਿਆ ਹੈਗਾ ਆਪਣਾ ਔਰ ਘਰੇ ਜਾ ਕੇ ਬਸ ਦੁੱਧ ਦੁੱਧ ਪੀ ਕੇ ਪੈ ਜਾਣਾ ਹੈਗਾ ਅਸੀਂ ਕੁਛ ਨਹੀਂ ਹੋਰ ਕਰਨਾ ਅਤੇ ਨਾਲੇ ਜਿਹੜਾ ਅੱਜ ਦਾ ਵਲੌਗ ਆ ਹੁਣ ਇੱਥੇ ਆਪਾਂ ਕਰਦੇ ਹਾਂ ਖਤਮ ਕਾਫੀ ਨਹੀਂ ਰਹੋ ਗਿਆ ਸਾਨੂੰ ਵੀ ਕੰਮਾਂ ਕਾਰਾਂ 'ਚ ਪਤਾ ਹੀ ਨਹੀਂ ਲੱਗਿਆ ਹੈਗਾ ਬਾਹਰ ਤਾਂ ਇਹੋ ਜਿਹੇ ਸੀਗੇ ਅਤੇ ਹੁਣ ਤੁਹਾਨੂੰ ਮਿਲਾਂਗੇ ਗਾਇਸ ਆਪਾਂ ਕੱਲ੍ਹ ਨੂੰ ਨਵੇਂ ਵਲੌਗ ਦੇ ਵਿੱਚ ਅਤੇ ਅੱਜ ਦਾ ਵਲੌਗ ਆ ਇੱਥੇ ਆਪਾਂ ਕਰਦੇ ਹਾਂ ਖਤਮ ਅਤੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਿਵੇਂ ਲੱਗਿਆ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰ ਲਿਓ ਮਿਲਦੇ ਹਾਂ ਫਿਰ ਕੱਲ੍ਹ ਨੂੰ ਨਵੇਂ ਵਲੌਗ 'ਚ ਤੱਕ ਵਾਸਤੇ ਬਾਏ ਬਾਏ ਗੁੱਡ ਨਾਈਟ ਬਾਏ।